ਤੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਤੇ ਬੇਟੀ ਨੇ ਸੁਪਨੇ ਵੱਡੇ ਵੇਖ ਲਏ ਤੇ ਜੋ ਕਿ ਅਸੀਂ ਨਹੀਂ ਪੂਰੇ ਕਰ ਸਕਨ ਡੇ। ਘਰ ਦੀ ਗਰੀਬੀ ਇੰਨੀ ਆ ਕਿ ਨਹੀਂ ਇਹਦੇ ਸੁਪਨੇ ਪੂਰੇ ਨਹੀਂ ਹੋਣ ਡੇ। ਤੇ ਘਰ ਵਾਲੇ ਇਹ ਰਾਜ ਮਿਸਤਰੀ ਸੀ, ਉਹਨਾਂ ਦੀਆਂ ਪਹਿਲਾਂ ਲੱਤਾਂ ਟੁੱਟੀਆਂ, ਉਹਨਾਂ ਨੂੰ ਕੈਂਸਰ ਹੋ ਗਈ ਆ ਤੇ ਬੜਾ ਘਰ ਦਾ ਮਤਲਬ ਟਾਈਮ ਪਾਸ ਜਿਹੜਾ ਬਹੁਤ ਮਾੜਾ ਹੋਣ ਡਿਆ ਜੀ। ਤੇ ਇਸ ਕਰਕੇ ਬੇਟੀ ਦੇ ਮਤਲਬ ਇਹਨੇ ਵਧੀਆ ਸੁਪਨਾ ਵੇਖਿਆ ਪਰ ਇਹਦਾ ਪੂਰਾ ਨਹੀਂ ਹੋਇਆ। ਤੇ ਮੈਂ ਇਸ ਤਰ੍ਹਾਂ ਮਿਹਨਤ ਕਰਦੀ, ਮਜ਼ਦੂਰੀ ਭਾਂਡੇ ਭੁੰਡੇ ਲੋਕਾਂ ਦੇ ਸਾਫ਼ ਕਰਦੀ ਹਾਂ, ਇਸ ਤਰ੍ਹਾਂ ਬਾਹਰ ਕੰਮ ਕਾਰ 'ਤੇ ਜਾਂਦੀ ਹਾਂ। ਇੱਕ ਬੇਟੀ ਆ ਮੇਰੀ, ਉਹ ਵੀ ਮਜਬੂਰੀ ਕਾਰਨ ਅਸੀਂ ਦੇ ਚੁੱਕੇ ਹਾਂ, ਮਤਲਬ ਉਹ ਨਹੀਂ ਹੜ ਕੋਈ ਨਹੀਂ, ਪਾਲਣ ਪੋਸ਼ਣ ਨਹੀਂ ਹੋਈ ਉਹਦੀ ਅਤੇ ਉਹਨੂੰ ਦੇਣਾ ਪੈ ਗਿਆ ਉੱਥੇ ਬੇਟੀ ਨੂੰ ਬਸ। ਅਤੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਅਤੇ ਬੇਟੀ ਨੇ ਸੁਪਨੇ ਵੱਡੇ ਵੇਖ ਲਏ ਅਤੇ ਜੋ ਕਿ ਅਸੀਂ ਨਹੀਂ ਪੂਰੇ ਕਰ ਸਕਨ ਡੇ। ਘਰ ਦੀ ਗਰੀਬੀ ਇੰਨੀ ਆ ਕਿ ਨਹੀਂ ਇਹਦੇ ਸੁਪਨੇ ਪੂਰੇ ਨਹੀਂ ਹੋਣ ਡੇ। ਅਤੇ ਘਰ ਵਾਲੇ ਇਹ ਰਾਜ ਮਿਸਤਰੀ ਸੀ, ਉਹਨਾਂ ਦੀਆਂ ਪਹਿਲਾਂ ਲੱਤਾਂ ਟੁੱਟੀਆਂ, ਉਹਨਾਂ ਨੂੰ ਕੈਂਸਰ ਹੋ ਗਈ ਆ ਅਤੇ ਬੜਾ ਘਰ ਦਾ ਮਤਲਬ ਟਾਈਮ ਪਾਸ ਜਿਹੜਾ ਬਹੁਤ ਮਾੜਾ ਹੋਣ ਡਿਆ ਜੀ। ਅਤੇ ਇਸ ਕਰਕੇ ਬੇਟੀ ਦੇ ਮਤਲਬ ਇਹਨੇ ਵਧੀਆ ਸੁਪਨਾ ਵੇਖਿਆ ਪਰ ਇਹਦਾ ਪੂਰਾ ਨਹੀਂ ਹੋਇਆ। ਅਤੇ ਮੈਂ ਇਸ ਤਰ੍ਹਾਂ ਮਿਹਨਤ ਕਰਦੀ, ਮਜ਼ਦੂਰੀ ਭਾਂਡੇ ਭੁੰਡੇ ਲੋਕਾਂ ਦੇ ਸਾਫ਼ ਕਰਦੀ ਹਾਂ, ਇਸ ਤਰ੍ਹਾਂ ਬਾਹਰ ਕੰਮ ਕਾਰ 'ਤੇ ਜਾਂਦੀ ਹਾਂ। ਇੱਕ ਬੇਟੀ ਆ ਮੇਰੀ, ਉਹ ਵੀ ਮਜਬੂਰੀ ਕਾਰਨ ਅਸੀਂ ਦੇ ਚੁੱਕੇ ਹਾਂ, ਮਤਲਬ ਉਹ ਨਹੀਂ ਹੜ ਕੋਈ ਨਹੀਂ, ਪਾਲਣ ਪੋਸ਼ਣ ਨਹੀਂ ਹੋਈ ਉਹਦੀ ਅਤੇ ਉਹਨੂੰ ਦੇਣਾ ਪੈ ਗਿਆ ਉੱਥੇ ਬੇਟੀ ਨੂੰ ਬਸ। ਅਤੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਅਤੇ ਬੇਟੀ ਨੇ ਸੁਪਨੇ ਵੱਡੇ ਵੇਖ ਲਏ ਅਤੇ ਜੋ ਕਿ ਅਸੀਂ ਨਹੀਂ ਪੂਰੇ ਕਰ ਸਕਨ ਡੇ। ਘਰ ਦੀ ਗਰੀਬੀ ਇੰਨੀ ਆ ਕਿ ਨਹੀਂ ਇਹਦੇ ਸੁਪਨੇ ਪੂਰੇ ਨਹੀਂ ਹੋਣ ਡੇ। ਅਤੇ ਘਰ ਵਾਲੇ ਇਹ ਰਾਜ ਮਿਸਤਰੀ ਸੀ, ਉਹਨਾਂ ਦੀਆਂ ਪਹਿਲਾਂ ਲੱਤਾਂ ਟੁੱਟੀਆਂ, ਉਹਨਾਂ ਨੂੰ ਕੈਂਸਰ ਹੋ ਗਈ ਆ ਅਤੇ ਬੜਾ ਘਰ ਦਾ ਮਤਲਬ ਟਾਈਮ ਪਾਸ ਜਿਹੜਾ ਬਹੁਤ ਮਾੜਾ ਹੋਣ ਡਿਆ ਜੀ। ਅਤੇ ਇਸ ਕਰਕੇ ਬੇਟੀ ਦੇ ਮਤਲਬ ਇਹਨੇ ਵਧੀਆ ਸੁਪਨਾ ਵੇਖਿਆ ਪਰ ਇਹਦਾ ਪੂਰਾ ਨਹੀਂ ਹੋਇਆ। ਅਤੇ ਮੈਂ ਇਸ ਤਰ੍ਹਾਂ ਮਿਹਨਤ ਕਰਦੀ, ਮਜ਼ਦੂਰੀ ਭਾਂਡੇ ਭੁੰਡੇ ਲੋਕਾਂ ਦੇ ਸਾਫ਼ ਕਰਦੀ ਹਾਂ, ਇਸ ਤਰ੍ਹਾਂ ਬਾਹਰ ਕੰਮ ਕਾਰ 'ਤੇ ਜਾਂਦੀ ਹਾਂ। ਇੱਕ ਬੇਟੀ ਆ ਮੇਰੀ, ਉਹ ਵੀ ਮਜਬੂਰੀ ਕਾਰਨ ਅਸੀਂ ਦੇ ਚੁੱਕੇ ਹਾਂ, ਮਤਲਬ ਉਹ ਨਹੀਂ ਹੜ ਕੋਈ ਨਹੀਂ, ਪਾਲਣ ਪੋਸ਼ਣ ਨਹੀਂ ਹੋਈ ਉਹਦੀ ਅਤੇ ਉਹਨੂੰ ਦੇਣਾ ਪੈ ਗਿਆ ਉੱਥੇ ਬੇਟੀ ਨੂੰ ਬਸ। ਅਤੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਅਤੇ ਬੇਟੀ ਨੇ ਸੁਪਨੇ ਵੱਡੇ ਵੇਖ ਲਏ ਅਤੇ ਜੋ ਕਿ ਅਸੀਂ ਨਹੀਂ ਪੂਰੇ ਕਰ ਸਕਨ ਡੇ। ਘਰ ਦੀ ਗਰੀਬੀ ਇੰਨੀ ਆ ਕਿ ਨਹੀਂ ਇਹਦੇ ਸੁਪਨੇ ਪੂਰੇ ਨਹੀਂ ਹੋਣ ਡੇ। ਅਤੇ ਘਰ ਵਾਲੇ ਇਹ ਰਾਜ ਮਿਸਤਰੀ ਸੀ, ਉਹਨਾਂ ਦੀਆਂ ਪਹਿਲਾਂ ਲੱਤਾਂ ਟੁੱਟੀਆਂ, ਉਹਨਾਂ ਨੂੰ ਕੈਂਸਰ ਹੋ ਗਈ ਆ ਅਤੇ ਬੜਾ ਘਰ ਦਾ ਮਤਲਬ ਟਾਈਮ ਪਾਸ ਜਿਹੜਾ ਬਹੁਤ ਮਾੜਾ ਹੋਣ ਡਿਆ ਜੀ। ਅਤੇ ਇਸ ਕਰਕੇ ਬੇਟੀ ਦੇ ਮਤਲਬ ਇਹਨੇ ਵਧੀਆ ਸੁਪਨਾ ਵੇਖਿਆ ਪਰ ਇਹਦਾ ਪੂਰਾ ਨਹੀਂ ਹੋਇਆ। ਅਤੇ ਮੈਂ ਇਸ ਤਰ੍ਹਾਂ ਮਿਹਨਤ ਕਰਦੀ, ਮਜ਼ਦੂਰੀ ਭਾਂਡੇ ਭੁੰਡੇ ਲੋਕਾਂ ਦੇ ਸਾਫ਼ ਕਰਦੀ ਹਾਂ, ਇਸ ਤਰ੍ਹਾਂ ਬਾਹਰ ਕੰਮ ਕਾਰ 'ਤੇ ਜਾਂਦੀ ਹਾਂ। ਇੱਕ ਬੇਟੀ ਆ ਮੇਰੀ, ਉਹ ਵੀ ਮਜਬੂਰੀ ਕਾਰਨ ਅਸੀਂ ਦੇ ਚੁੱਕੇ ਹਾਂ, ਮਤਲਬ ਉਹ ਨਹੀਂ ਹੜ ਕੋਈ ਨਹੀਂ, ਪਾਲਣ ਪੋਸ਼ਣ ਨਹੀਂ ਹੋਈ ਉਹਦੀ ਅਤੇ ਉਹਨੂੰ ਦੇਣਾ ਪੈ ਗਿਆ ਉੱਥੇ ਬੇਟੀ ਨੂੰ ਬਸ।